ਹਫ਼ਤੇ ਦੇ ਵਿੱਚ ਇੱਕ ਹਫ਼ਤੇ 8 ਦਿਨ ਦੇ ਵਿੱਚ ਕਰ ਲਾਂਗੇ ਮੈਂ ਅਸੀਂ ਇਸੇ ਲਈ ਇੱਥੇ ਆਏ ਹਾਂ ਜਿਵੇਂ ਅਸੀਂ ਕਿਹਾ ਸੀ ਰਾਜਨੀਤੀ ਉਨੀ ਇੰਪੋਰਟੈਂਟ ਨਹੀਂ ਹੈ ਮੁੱਦੇ ਜ਼ਿਆਦਾ ਇੰਪੋਰਟੈਂਟ ਹੈ ਅਸੀਂ ਜਿਹੜੀਆਂ ਜਿਹੜੀਆਂ ਚੀਜ਼ਾਂ ਪਲਾਨ ਕੀਤੀਆਂ ਸੀ ਮੋਗੇ ਸ਼ਹਿਰ ਲਈ ਅਸੀਂ ਉਹ ਚੀਜ਼ਾਂ ਸਭ ਪੁੱਟ ਕਰ ਰਹੇ ਹਾਂ ਕਿ ਜਿਵੇਂ ਕੀ ਚੀਜ਼ਾਂ ਮੋਗੇ ਦੀਆਂ ਤਬਦੀਲੀਆਂ ਨੇ ਕਿਸ ਤਰ੍ਹਾਂ ਅਸੀਂ ਮਿਲ ਕੇ ਜਿਹੜੀ ਸੋਚ ਪਾਰਟੀਆਂ ਨਾਲ ਜੁੜੀ ਹੋਈ ਹੈ ਕਿਸ ਤਰ੍ਹਾਂ ਉਹਨਾਂ ਨੂੰ ਅਸੀਂ ਕਰ ਸਕਦੇ ਹਾਂ ਅਤੇ ਉਸੇ ਲਈ ਆਏ ਹੋਏ ਮੇ ਬੀ ਇਨ ਵੀਕ 10 ਡੇਜ਼ ਇੱਕ ਹਫ਼ਤੇ 8 ਦਿਨ ਦੇ ਵਿੱਚ ਮੇ ਬੀ ਸ਼ਾਇਦ ਉਦੋਂ ਪਹਿਲਾਂ ਵੀ ਮਾਲਵਿਕਾ ਕਿਹੜੀ ਕਿਹਦੇ ਨਾਲ ਜੁਆਇਨ ਕਰੇਗੀ ਹੱਥ ਵੀ ਵਿਲ ਅਨਾਊਂਸ ਹੈ ਕਾਰਨ ਕੀ ਇੰਨੀ ਲੇਟ ਹੁੰਦਾ ਜੀ ਦੇਖੋ ਮੈਂ ਪਹਿਲਾਂ ਵੀ ਜਿਵੇਂ ਆਹ ਕਿਹਾ ਸੀਗਾ ਕਿ ਇਹ ਸਿਰਫ ਕੋਈ ਰਾਜਨੀਤੀ ਨਹੀਂ ਹੈ ਜਿਹਦੇ 'ਚ ਮਾਲਵਿਕਾ ਆ ਰਹੀ ਹੈ ਇਹ ਇੱਕ ਕਮਿਟਮੈਂਟ ਹੈ ਲਾਈਫ ਦੀ ਇੱਕ ਆਪਣੇ ਸ਼ਹਿਰ ਨੂੰ ਇੱਕ ਵਾਅਦਾ ਹੈ ਇੱਕ ਆਪਣੇ ਹਰ ਸ਼ਹਿਰ ਦੇ ਮੋਗਾ ਵਾਸੀਆਂ ਨੂੰ ਇੱਕ ਵਾਅਦਾ ਅਸੀਂ ਇੱਥੇ ਹੀ ਪਲੇ ਹੈ ਇੱਥੋਂ ਹੀ ਵੱਡੇ ਹੋਏ ਹੈ ਇੱਕ ਇੱਕ ਪਰਿਵਾਰ ਸਾਨੂੰ ਜਾਣਦਾ ਔਰ ਮੈਨੂੰ ਲੱਗਦਾ ਜਦੋਂ ਤੁਸੀਂ ਇੱਕ ਰਿਪ੍ਰੈਜੈਂਟੇਟਿਵ ਬਣਦੇ ਹੋ ਤਾਂ ਬਹੁਤ ਵੱਡੀ ਰਿਸਪੋਂਸੀਬਿਲਿਟੀ ਹੁੰਦੀ ਹੈ ਅਕਸਰ ਲੋਕ ਰਾਜਨੀਤੀ 'ਚ ਆਉਣ ਲਈ ਸਿਰਫ ਟਿਕਟਸ ਦੀ ਵੇਟ ਕਰਦੇ ਕਿ ਹਾਂ ਟਿਕਟ ਮਿਲੀ ਇਲੈਕਸ਼ਨ ਲੜਿਆ ਜਿੱਤਿਆ ਕੰਮ ਕੀਤਾ ਨਹੀਂ ਕੀਤਾ ਉਹ ਅਲੱਗ ਹੈ ਪਰ ਸਾਡੀ ਸੋਚ ਅਤੇ ਕਮਿਟਮੈਂਟ ਅਲੱਗ ਹੈ ਅਤੇ ਤਾਂ ਕਰਕੇ ਜ਼ਰੂਰ ਟਾਈਮ ਲੱਗ ਰਿਹਾ ਬਟ ਤੁਸੀਂ ਇਹ ਵੀ ਸਾਨੂੰ ਇਹਦੇ ਲਈ ਵੀ ਸਾਨੂੰ ਇੱਕ ਸ਼ਾਬਾਸ਼ੀ ਜ਼ਰੂਰ ਦਈਓ ਕਿ ਹਾਂ ਤੁਸੀਂ ਜਲਦਬਾਜ਼ੀ ਨਹੀਂ ਕਰ ਰਹੇ ਹੋ ਸੋਚ ਸਮਝ ਕੇ ਆ ਰਹੇ ਹੋ ਚਾਹੇ 2 ਦਿਨ ਜ਼ਿਆਦਾ ਲਈਓ ਲੇਕਿਨ ਐਸਾ ਕੁਛ ਕਰਿਓ ਜਿਹਦੇ ਨਾਲ ਦੇਸ਼ ਦਾ ਭਲਾ ਹੋ ਸਕੇ ਸ਼ਹਿਰ ਦਾ ਭਲਾ ਹੋ ਸਕੇ ਸਰ ਅੱਜ ਇੱਕ 2 ਤਰੀਕ ਹੈ ਮਤਲਬ 10-12 ਦਿਨ ਤੁਸੀਂ ਕਹੇ 12 ਤਰੀਕ ਤੱਕ ਮਤਲਬ 11 ਨੂੰ ਪਾਰਟੀ ਸੋਚੋਗੇ ਪਾਰਟੀ ਸੋਚ ਲਈ ਹੈ ਫਾਈਨਲ ਯੂ ਨੋ ਤੁਹਾਨੂੰ ਕਿਹਾ ਜਿਵੇਂ ਗੱਲਬਾਤ ਚੱਲ ਰਹੀ ਹੈ ਆਈ ਥਿੰਕ ਮਾਲਵਿਕਾ ਵੀ ਕੁਛ ਕਹਿਣਾ ਚਾਹੂਗੀ ਮਾਲਵਿਕਾ ਤੁਹਾਡਾ ਕੀ ਕਿਹਾ ਗਿਆ ਯੂ ਨੋ ਮੈਂ ਹਮੇਸ਼ਾ ਮਾਲਵਿਕਾ ਨੂੰ ਪੁੱਛਦਾ ਕਿਉਂਕਿ ਜਰਨੀ ਇਹਦੀ ਹੈ ਅੱਗੇ ਇਹਨੇ ਵਧਣਾ ਦੇਖੋ ਸਾਰੇ ਅੱਛੇ ਹੈ ਮੈਂ ਹਮੇਸ਼ਾ ਕਹਿੰਦਾ ਸਾਰੇ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਪਰ ਇੱਕ ਕਲੈਕਟਿਵ ਯੂ ਨੋ ਜਰਨੀ ਹੁੰਦੀ ਹੈ ਇੱਕ ਬੰਦਾ ਇਕੱਲਾ ਜਿਹੜਾ ਹੁੰਦਾ ਅੱਗੇ ਬਹੁਤ ਬਦਲਾਵ ਨਹੀਂ ਲਿਆ ਸਕਦਾ ਬਟ ਹਾਂ ਜੇ ਉਹ ਬਦਲਾਵ ਲਿਆਉਣ ਦੀ ਕੋਸ਼ਿਸ਼ ਕਰੇ ਉਹਦੇ ਮਗਰ ਲੱਗਣੇ ਜ਼ਰੂਰ ਸਕਦੇ ਬਟ ਆਈ ਥਿੰਕ ਸਾਰੇ ਅੱਛੇ ਹੈ ਜਿਹਨਾਂ ਨੂੰ ਮਿਲਿਆ ਬੜੀ ਵਾਰਮਥ ਮਿਲਦੀ ਹੈ ਬੜਾ ਇੱਕ ਪ੍ਰੋਮਿਸ ਮਿਲਦਾ ਸਾਰਿਆਂ ਤੋਂ ਕਿ ਹਾਂ ਤੁਸੀਂ ਜੇ ਅੱਗੇ ਲੱਗੂਗੇ ਅਤੇ ਜੋ ਤੁਸੀਂ ਬਦਲਾਵ ਲਿਆਉਣਾ ਚਾਹੁੰਦੇ ਅਸੀਂ ਜ਼ਰੂਰ ਲੈ ਸਰ ਇਹ ਗੱਲ ਤੁਸੀਂ ਮੰਨਦੇ ਹੋ ਕਿ ਪਾਰਟੀ ਸਿੰਬਲ 'ਤੇ ਲੜਨਾ ਜ਼ਿਆਦਾ ਜ਼ਰੂਰੀ ਹੈ ਐਸ ਕੰਪੇਅਰ ਟੂ ਆਪਾਂ ਆਜ਼ਾਦ ਜੇ ਲੜੀਏ ਤਾਂ ਪਾਰਟੀ ਸਿੰਬਲ ਜ਼ਿਆਦਾ ਮੈਟਰ ਕਰਦਾ ਦੇਖੋ ਹਰ ਚੀਜ਼ ਹੈ ਨਾ ਇੱਕ ਪ੍ਰੋਜ਼ ਐਂਡ ਕੌਨ ਜ਼ਰੂਰ ਹੁੰਦੇ ਹੈ ਜਦੋਂ ਤੁਸੀਂ ਕਿਸੇ ਪਾਰਟੀ ਨਾਲ ਜੁੜਦੇ ਹੋ ਅਤੇ ਉਹ ਪਾਰਟੀ ਦੇ ਜਿੰਨੇ ਲੋਕ ਹੁੰਦੇ ਆ ਵਰਕਰਸ ਹੁੰਦੇ ਸੋਚ ਹੁੰਦੀ ਤੁਹਾਡੇ ਨਾਲ ਆਉਂਦੀ ਹੈ ਜੇ ਤੁਸੀਂ ਇੰਡੀਪੈਂਡੈਂਟ ਕੁਛ ਕਰਦੇ ਹੋ ਹਾਂ ਇੱਕ ਤੁਹਾਡੀ ਇਕੱਲੇ ਹੀ ਜਰਨੀ ਹੁੰਦੀ ਹੈ ਪਰ ਜਦੋਂ ਇੰਡੀਪੈਂਡੈਂਟ ਲੜਦੇ ਹੋ ਤਾਂ ਸ਼ਾਇਦ ਤੁਹਾਡੇ ਨਾਲ ਸ਼ੁਰੂ 'ਚ ਉਹਨੇ ਪਰਿਵਾਰ ਉਹਨੇ ਲੋਕ ਨਾ ਜੁੜਨ ਪਰ ਕਹਿੰਦੇ ਕਾਫੀਲਾ ਬਣਨਾ ਸ਼ੁਰੂ ਹੁੰਦਾ ਪਰ ਕਾਫੀਲਾ ਹਮੇਸ਼ਾ ਸੋਚ ਅਤੇ ਇੱਕ ਇੰਡੀਵਿਜੁਅਲ ਬੰਦੇ ਨਾਲ ਬਣਦਾ ਜਦੋਂ ਤੁਸੀਂ ਇੱਕ ਸੋਚਦੇ ਹੋ ਕਿ ਮੈਂ ਇਹ ਜ਼ਿੰਦਗੀ 'ਚ ਬਦਲਾਵ ਲਿਆਉਣਾ ਚਾਹੁੰਦਾ ਤਾਂ ਹੋ ਸਕਦਾ ਸ਼ੁਰੂ 'ਚ ਬੜੀ ਓਪੋਜੀਸ਼ਨਸ ਆਉਣਗੀਆਂ ਲੋਕ ਕੰਮ ਨਹੀਂ ਕਰਨ ਦੇਣਗੇ ਫਿਰ ਉਦੋਂ ਬਾਅਦ ਜਦੋਂ ਬਦਲਾਵ ਆਉਣਾ ਸ਼ੁਰੂ ਹੁੰਦਾ ਤਦ ਲੋਕ ਜੁੜਦੇ ਆ ਔਰ ਬਦਲਾਵ ਆਉਂਦਾ ਅੱਜ ਦੇਖੋ ਸ਼ੁਰੂ ਤੋਂ ਅਸੀਂ ਮੇਨ ਸਾਡਾ ਮੇਨ ਇਹੀ ਹੈ ਕਿ ਇੰਪਲੋਇਮੈਂਟ ਜਿਹੜੀ ਹੈਗੀ ਹੈ ਬਹੁਤ ਜ਼ਰੂਰੀ ਹੈਗੀ ਹੈ ਅੱਜ ਅਸੀਂ ਇੱਥੇ ਈ ਰਿਕਸ਼ਾ ਇਸੇ ਲਈ ਦੇ ਰਹੇ ਹਾਂ ਕਿਉਂਕਿ ਜਿਹੜੇ ਲੋਕ ਅਨਇੰਪਲੋਇਡ ਹੈਗੇ ਉਹਨਾਂ ਨੂੰ ਅਸੀਂ ਈ ਰਿਕਸ਼ਾ ਦੇ ਕੇ ਇੰਪਲੋਇਮੈਂਟ ਦਈਏ ਔਰ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇੰਪਲੋਇਮੈਂਟ ਹਰ ਘਰ 'ਚ ਹੋਣੀ ਅੱਜ ਕੱਲ੍ਹ ਦੀ ਬਹੁਤ ਲੋੜ ਬਣ ਗਈ ਹੈ ਔਰ ਜਿਵੇਂ ਪਹਿਲਾਂ ਵੀ ਆਪਣੀ ਜਦੋਂ ਲਾਸਟ ਟਾਈਮ ਵੀ ਤੁਸੀਂ ਆਏ ਸੀ ਉਸ ਟਾਈਮ ਤਾਂ ਕੋਈ ਇਲੈਕਸ਼ਨ ਦਾ ਮਾਹੌਲ ਨਹੀਂ ਸੀ ਪਰ ਉਸ ਟਾਈਮ ਵੀ 11 ਪਰਿਵਾਰਾਂ ਨੂੰ ਦਿੱਤੀਆਂ ਗਈਆਂ ਅੱਜ ਉਹ ਮੈਂ ਜਦੋਂ ਵੀ ਉਹ ਪਰਿਵਾਰਾਂ ਨੂੰ ਮਿਲਦਾ ਉਹ ਬੜੇ ਅੱਛੇ ਨੇ ਉਹਨਾਂ ਦੇ ਪਰਿਵਾਰ ਬੜੇ ਅੱਛੇ ਹੋ ਗਏ ਬੱਚੇ ਅੱਛੇ ਸਕੂਲ ਦੇ ਵਿੱਚ ਆ ਗਏ ਖੂਬ ਪੈਸੇ ਕਮਾ ਰਹੇ ਬੜਾ ਅੱਛਾ ਲੱਗਦਾ ਕਿ ਜਦੋਂ ਇੱਕ ਪਰਿਵਾਰ ਜਦੋਂ ਤੁਸੀਂ ਇੱਕ ਈ ਰਿਕਸ਼ਾ ਦਿੰਦੇ ਹੋ ਜਾਂ ਕੁਛ ਐਸਾ ਰੋਜ਼ਗਾਰ ਦਾ ਸਾਧਨ ਦਿੰਦੇ ਹੋ ਤਾਂ ਇੱਕ ਪਰਿਵਾਰ ਨਹੀਂ ਉਹ ਪਰਿਵਾਰ ਦੇ 5-7 ਜਿਹੜੇ ਲੋਕ ਹੈ ਬੱਚੇ ਉਹਨਾਂ ਦੀ ਪੜ੍ਹਾਈ ਉਹਨਾਂ ਦਾ ਖਾਣਾ ਪੀਣਾ ਹਰ ਚੀਜ਼ ਬਦਲਦੀ ਹੈ ਤਾਂ ਆਈ ਥਿੰਕ ਬੜਾ ਇੰਪੋਰਟੈਂਟ ਹੈ ਔਰ ਅੱਜ ਵੀ ਅਸੀਂ ਕਰੀਬਨ 11 ਈ ਰਿਕਸ਼ਾਸ ਨੇ 6 ਪਹੁੰਚ ਚੁੱਕੀਆਂ ਨੇ 4-5 ਜਿਹੜੀਆਂ ਹੋਰ ਆ ਰਹੀਆਂ ਨੇ 10-11 ਈ ਰਿਕਸ਼ਾਸ ਹੋਰ ਪਰਿਵਾਰ ਆਈਡੈਂਟੀਫਾਈ ਕੀਤੇ ਔਰ ਸਾਰੇ ਹੈਂਡੀਕੈਪ ਨੇ ਜਿਹੜੇ ਕੰਮ ਨਹੀਂ ਕੁਛ ਕਰ ਸਕਦੇ ਜਾਂ ਉਹਨਾਂ ਨੂੰ ਕੋਲ ਸਾਧਨ ਨਹੀਂ ਹੈ ਜਾਂ ਬਹੁਤ ਗਰੀਬੀ ਹੈ ਅਤੇ ਅਸੀਂ ਉਹ ਪਰਿਵਾਰ ਸ਼ਾਰਟਲਿਸਟ ਕੀਤੇ ਔਰ ਉਹਨਾਂ ਨੂੰ ਸਭ ਨੂੰ ਇੱਕ ਰੋਜ਼ ਰਾਜਨੀਤਿਕ ਗਲਿਆਰਿਆਂ 'ਚ ਚਰਚਾਵਾਂ ਤੇਜ਼ ਨੇ 5 ਤਰੀਕ ਨੂੰ ਮੋਦੀ ਸਾਹਿਬ ਦੀ ਰੈਲੀ ਹੈ ਉਦੋਂ ਸੂਤ ਪਰਿਵਾਰ ਜਿਹੜਾ ਬੀਜੇਪੀ ਜੁਆਇਨ ਕਰ ਸਕਦਾ ਉਸ 'ਤੇ ਤੁਹਾਡਾ ਸਰ ਕੀ ਜੁਆਇਨ ਕਰ ਸਕਦਾ ਨਹੀਂ ਉਹਦੇ 'ਚ ਕੋਈ ਸੱਚਾਈ ਨਹੀਂ ਹੈ ਆਈ ਥਿੰਕ ਉਹ ਸਭ ਰੂਮਰਸ ਹੀ ਨੇ ਬਟ ਆਈ ਐਮ ਸ਼ੋਰ ਕਿ ਜਿਹੜੇ ਵੀ ਲੀਡਰਸ ਜਦੋਂ ਆਉਂਦੇ ਕਿਸੇ ਪਾਰਟੀ ਦੇ ਆਉਂਦੇ ਆ ਤਾਂ ਡੈਫੀਨੇਟਲੀ ਪੰਜਾਬ ਦੀ ਅੱਛੀ ਸੋਚ ਲੈ ਕੇ ਆਉਂਦੇ ਆ ਐਂਡ ਅੱਛੀ ਸੋਚ ਨਾਲ ਹੀ ਪੰਜਾਬ ਬਦਲੇਗਾ ਦੇਖੋ ਤੁਹਾਨੂੰ ਅਸੀਂ ਬਾਕੀਆਂ ਦੇ ਖਿਲਾਫ ਵੀ ਤੁਹਾਨੂੰ ਮੈਂ ਹਮੇਸ਼ਾ ਸ਼ੁਰੂ ਤੋਂ ਕਹਿੰਦਾ ਮੈਨੂੰ ਤੁਸੀਂ ਕਿਸੇ ਪਾਰਟੀ ਦੇ ਅਗੇਂਸਟ ਬੋਲਦਾ ਕਦੇ ਨਹੀਂ ਸੁਣਦੇ ਮੈਂ ਤਾਂ ਖੈਰ ਰਾਜਨੀਤੀ 'ਚ ਨਹੀਂ ਆ ਰਿਹਾ ਮੈਂ ਤਾਂ ਨਹੀਂ ਹਾਂ ਰਾਜਨੀਤੀ 'ਚ ਮਾਲਵਿਕਾ ਹੈ ਪਰ ਮੈਂ ਇਹ ਵੀ ਮਾਲਵਿਕਾ ਦਾ ਵੀ ਇਹ ਸੋਚਣਾ ਕਿ ਅਕਸਰ ਆਪਾਂ ਜਦੋਂ ਪਾਰਟੀਜ਼ ਹੁੰਦੀਆਂ ਆਪਾਂ ਦੂਸਰੀ ਪਾਰਟੀ ਨੂੰ ਨੀਚੇ ਕਰਨ ਦੀ ਕੋਸ਼ਿਸ਼ ਕਰਦੇ ਕਿ ਫਲਾਣੇ ਆਦਮੀ ਨੇ ਅੱਛਾ ਨਹੀਂ ਕੀਤਾ ਉਹਨੇ ਆਹ ਨਹੀਂ ਕੀਤਾ ਉਹਨੇ ਬੜੀ ਇਨਕੰਬੈਂਸੀ ਸੀ ਪਰ
ਆਪਾਂ ਕਹਿੰਦੇ ਕਿ ਸਾਡੇ ਜਿਹੜੀ ਜੋ ਵੀ ਤੁਸੀਂ ਬੋਲਦੇ ਹੋ ਪਾਰਟੀਜ਼ ਦੇ ਵਿੱਚ, ਹਮੇਸ਼ਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਹੋਣਾ ਚਾਹੀਦਾ, ਬਾਕੀ ਨੇ ਕੀ ਨਹੀਂ ਕੀਤਾ ਉਹ ਨਹੀਂ ਹੋਣਾ ਚਾਹੀਦਾ। ਮੈਂ ਤਾਂ ਸਾਰੇ ਆਪਣੇ ਲੀਡਰਸ ਦੋਸਤ ਜਿੰਨੇ ਪਾਰਟੀਜ਼ ਦੇ ਹੈਡਸ ਆ ਉਹਨਾਂ ਨੂੰ ਵੀ ਕਹਿੰਦਾ ਕਿ ਆਪਾਂ ਨੂੰ ਉਹ ਇਲੈਕਸ਼ਨ ਲੜਨਾ ਹੀ ਨਹੀਂ ਚਾਹੀਦਾ ਜਿਹਦੇ 'ਚ ਆਪਾਂ ਦੂਸਰੇ ਨੂੰ ਨੀਚਾ ਦਿਖਾਉਂਦੇ ਹਾਂ। ਖੁਦ ਅਸੀਂ ਕੀ ਕਰਨਾ ਚਾਹੁੰਦੇ ਉਹ ਹੋਣਾ ਚਾਹੀਦਾ। ਔਰ ਮਾਲਵਿਕਾ ਦੀ ਵੀ ਇਹੀ ਸੋਚ ਹੈ, ਮਾਲਵਿਕਾ ਵੀ ਇਸੇ ਚੀਜ਼ ਨੂੰ ਮੰਨਦੀ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਉਹ ਦੱਸਣਾ ਜ਼ਰੂਰੀ। 5 ਤਰੀਕ ਨੂੰ ਭਾਜਪਾ ਨਹੀਂ ਜੁਆਇਨ ਕਰ ਰਹੇ, ਮਤਲਬ ਭਾਜਪਾ ਨੂੰ ਤਾਂ ਮਤਲਬ ਨਾ ਹੀ ਹੋਗੀ, ਬਾਕੀ ਹੁਣ 3 ਪਾਰਟੀਆਂ ਰਹਿ ਗਈਆਂ ਸਰ। ਨਹੀਂ ਨਹੀਂ ਭਾਜੀ ਤੁਸੀਂ ਕਹਿ ਰਹੇ ਹੋ, ਮੈਂ ਤਾਂ ਨਹੀਂ ਕਹਿ ਰਿਹਾ, ਬਟ ਆਈ ਥਿੰਕ ਸਾਰੇ ਅੱਛੇ। ਮੈਂ ਹਮੇਸ਼ਾ ਇਹੀ ਗੱਲ ਕਰ ਰਿਹਾ ਕਿ ਜਦੋਂ ਕਹਿੰਦੇ ਜਦੋਂ ਸੂਰਜ ਚੜੂਗਾ ਸਾਰੀ ਦੁਨੀਆ ਦੇਖੇਗੀ, ਔਰ ਉਹਦਾ ਟਾਈਮ ਵੀ ਆਪਣੇ ਆਪ ਤੈਅ ਹੀ ਹੁੰਦਾ, ਅਸੀਂ ਨਹੀਂ ਤੈਅ ਕਰਦੇ। ਸਰ ਅੱਜ ਫ੍ਰੀ ਦੀ ਰਾਜਨੀਤੀ ਜਿਹੜੀ ਜ਼ਿਆਦਾ ਹੋ ਰਹੀ ਹੈ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਨੂੰ ਲੱਗਦਾ ਕਿ ਹਰ ਇਨਸਾਨ ਦੇ ਵਿੱਚ ਕਿਤੇ ਨਾ ਕਿਤੇ ਪੋਲੀਟਿਕਸ ਹੁੰਦੀ ਹੈ। ਆਪਾਂ ਆਪਣੇ ਘਰਾਂ 'ਚ ਵੀ ਦੇਖਦੇ ਹਾਂ, ਆਪਸ 'ਚ ਪੋਲੀਟਿਕਸ ਚੱਲਦੀ, ਹਸਬੈਂਡ ਵਾਈਫ 'ਚ ਚੱਲਦੀ, ਬੱਚਿਆਂ 'ਚ ਚੱਲਦੀ ਹੈ, ਭੈਣ ਭਰਾਵਾਂ ਦੇ 'ਚ ਚੱਲਦੀ ਰਹਿੰਦੀ ਹੈ। ਬਟ ਆਈ ਥਿੰਕ ਹੈਲਦੀ ਪੋਲੀਟਿਕਸ ਹੋਣੀ ਬੜੀ ਜ਼ਰੂਰੀ ਹੈ। ਬਟ ਫਿਰ ਵੀ ਲੋਕ ਜਿਹੜੇ ਕਦੀ ਜੋ ਵੀ ਤੁਸੀਂ ਅੱਛਾ ਕੰਮ ਕਰਨ ਲੱਗਦੇ ਹੋ ਤਾਂ ਲੋਕ ਹਮੇਸ਼ਾ ਤੁਹਾਡੇ 'ਤੇ ਉਂਗਲੀ ਜ਼ਰੂਰ ਚੱਕਦੇ ਨੇ ਕਿ ਯਾਰ ਤੁਸੀਂ ਕੀ ਕਰਦੇ ਹੋ। ਬਟ ਆਈ ਥਿੰਕ ਤੁਸੀਂ ਉਹ ਚੀਜ਼ਾਂ ਨੂੰ ਛੱਡ ਕੇ ਅੱਗੇ ਮੂਵ ਕਰਨਾ ਜ਼ਰੂਰੀ ਹੈ। ਮੈਂ ਇਹ ਕਹਿਣਾ ਚਾਹੂੰਗੀ ਕਿ ਜਿਵੇਂ ਕਿ ਦੇਖੋ ਪਾਰਟੀ ਸਾਰੀਆਂ ਅੱਛੀਆਂ, ਇਹ ਟਾਈਮ ਆ ਗਿਆ ਕਿ ਆਪਾਂ ਵੋਟ ਜਿਹੜੀ ਹੈ ਇਨਸਾਨੀਅਤ ਨੂੰ ਦਈਏ, ਕਿਉਂਕਿ ਜਦ ਵੀ ਕੋਈ ਇੱਕ ਪਰਟੀਕੁਲਰ ਪਰਸਨ ਕਿਸੇ ਪਾਰਟੀ ਨੂੰ ਰਿਪ੍ਰਜੈਂਟ ਕਰਦਾ, ਆਪਾਂ ਹਮੇਸ਼ਾ ਪਾਰਟੀ ਦੇ ਪਿੱਛੇ ਜਾਂਦੇ। ਆਪਾਂ ਇਤਕੀ ਵਾਰੀ ਟਾਈਮ ਆ ਗਿਆ ਕਿ ਲੋਕ ਵੀ ਅਵੇਅਰ ਹੋ ਗਏ ਕਿ ਉਹ ਉਸ ਇਨਸਾਨ ਨੂੰ ਵੋਟ ਪਾਵਾਂਗੇ ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਫੇਥ ਹੈ, ਉਹ ਆਲਰੇਡੀ ਹੈਲਪ ਕਰ ਰਿਹਾ ਜਾਂ ਕਰੂਗਾ, ਉਹਨਾਂ ਦੇ ਨਾਲ ਰੁੱਝਿਆ ਹੋਇਆ। ਮੈਨੂੰ ਲੱਗਦਾ ਇਹ ਟਾਈਮ ਆ ਗਿਆ ਕਿ ਆਪਾਂ ਇੱਕ ਪਰਟੀਕੁਲਰ ਇਨਸਾਨ ਨੂੰ ਵੋਟ ਪਾਵਾਂਗੇ ਜੋ ਆਪਾਂ ਨੂੰ ਜਿਹਦੇ ਵਿਸ਼ਵਾਸ ਔਰ ਜਿਹਦੇ ਲਈ ਆਪਾਂ ਨੂੰ ਲੱਗਦਾ ਕਿ ਹਮੇਸ਼ਾ ਹੀ ਸਾਡੇ ਨਾਲ 24 ਘੰਟੇ ਖੜ੍ਹਾ। ਤੁਹਾਨੂੰ ਲੱਗਦਾ ਮੈਮ ਸੋਨੂੰ ਜੀ, ਇੱਕ ਸਿਆਸਤ ਤੋਂ ਹਟ ਕੇ ਸਵਾਲ ਹੈ ਮੇਰਾ। ਕੋਰੋਨਾ ਦੀ ਤੀਜੀ ਲਹਿਰ ਆ ਰਹੀ ਔਰ ਤੁਹਾਡੇ ਵੱਲੋਂ ਕੱਲ੍ਹ ਇੱਕ ਟਵੀਟ ਕੀਤਾ ਗਿਆ, ਨੰਬਰ ਉਹੀ ਹੈ ਜੀ। ਮੈਂ ਹਮੇਸ਼ਾ ਇਹ ਕਹਿੰਦਾ ਕਿ ਜਿਹੜੀ ਜਦੋਂ ਮੁਸ਼ਕਿਲ ਦੌਰ ਜਦੋਂ ਹੁੰਦਾ, ਇੱਕ ਉਮੀਦ ਬਹੁਤ ਵੱਡਾ ਸ਼ਬਦ ਹੈ। ਮੈਂ ਹਮੇਸ਼ਾ ਕਹਿੰਦਾ, ਹੁਣ ਵੀ ਤੁਸੀਂ ਦੇਖੋਗੇ ਇਹਦੇ ਪਿੱਛੇ ਗਾਰਡਨ ਦੇ ਵਿੱਚ ਬੜੇ ਸਾਰੇ ਲੋਕ ਆਏ ਹੋਏ ਨੇ ਜਿਨ੍ਹਾਂ ਦੀਆਂ ਤਕਲੀਫਾਂ ਸੀ ਜਿਹੜੇ ਪਿੰਡਾਂ 'ਚ ਘੁੰਮੇ, ਅਤੇ ਕੋਰੋਨਾ ਦੀ ਲਹਿਰ ਆਉਂਦੀਆਂ ਰਹਿਣਗੀਆਂ ਜਾਂਦੀਆਂ ਰਹਿਣਗੀਆਂ, ਲੋਕ ਆਪਣੀ ਜ਼ਿੰਦਗੀ 'ਚ ਬਹੁਤ ਬਿਜ਼ੀ ਹੋ ਜਾਂਦੇ। ਬਟ ਮੈਂ ਉਹੀ ਟਵੀਟ ਕੀਤਾ ਸੀ ਕਿ ਫਰਕ ਨਹੀਂ ਪੈਂਦਾ ਕਿ ਕੋਰੋਨਾ ਕਿੰਨਾ ਵਧੇ ਜਾਂ ਨਹੀਂ ਵਧੇ, ਰੱਬ ਨਾ ਕਰੇ ਤੁਹਾਨੂੰ ਕਦੀ ਮੇਰੀ ਲੋੜ ਪਵੇ, ਪਰ ਜਦੋਂ ਕਦੀ ਲੋੜ ਮੇਰੀ ਪਈ ਮੇਰਾ ਨੰਬਰ ਹਜੇ ਵੀ ਉਹੀ ਹੈ, ਤੁਸੀਂ ਮੈਨੂੰ ਕਦੋਂ ਵੀ ਕਾਲ ਕਰ ਸਕਦੇ ਹੋ। ਆਈ ਥਿੰਕ ਉਹ ਇੱਕ ਰੀਜ਼ਨ ਹੈ। ਹੁਣ ਜਦੋਂ ਜਿਹਨੂੰ ਇਲੈਕਸ਼ਨ ਦੇ ਮਾਹੌਲ ਵੀ ਹੁੰਦੇ ਉਸ ਟਾਈਮ ਬੜੀਆਂ ਚੀਜ਼ਾਂ ਪ੍ਰੋਮਿਸ ਹੁੰਦੀਆਂ, ਪਾਰਟੀਜ਼ ਕਰਦੀਆਂ, ਕੁਛ ਕਰਦੀਆਂ। ਮੈਨੂੰ ਲੱਗਦਾ ਇਹ ਉਦੋਂ ਬਾਅਦ ਵੀ ਉਦੋਂ ਵੱਡੇ ਲੈਵਲ ਦਾ ਹੋਣਾ ਚਾਹੀਦਾ ਕਿ ਇਹ ਦਰਵਾਜ਼ਾ ਹਮੇਸ਼ਾ ਤੁਹਾਡੇ ਲਈ ਖੁੱਲ੍ਹਿਆ, ਲੋਕਾਂ ਦਾ ਹੱਥ ਫੜਨ ਲਈ ਖੁੱਲ੍ਹਿਆ। ਆਈ ਥਿੰਕ ਉਹ ਇੱਕ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ। ਮਾਲਕਾ ਮੈਮ, ਜਿਵੇਂ ਤੁਸੀਂ ਸੋਸ਼ਲ ਵਰਕ ਕਰ ਰਹੇ ਹੋ, ਲੋਕਾਂ ਕੋਲ ਪਿੰਡਾਂ 'ਚ ਜਾ ਰਹੇ ਹੋ, ਸਮੱਸਿਆਵਾਂ ਸੁਣ ਰਹੇ ਹੋ, ਲਾਈਕ ਤੁਸੀਂ ਕੋਈ ਵੀ ਪਾਰਟੀ ਜੁਆਇਨ ਕਰਦੇ ਹੋ, ਤੁਹਾਨੂੰ ਲੱਗਦਾ ਕਿ ਸ਼ਾਇਦ ਉਹ ਲੋਕ ਉਹ ਪਾਰਟੀ ਨੂੰ ਨਾ ਪਸੰਦ ਕਰਦੇ ਹੋਣ ਅਤੇ ਉਸ ਤੋਂ ਬਾਅਦ ਤੁਹਾਡਾ ਵੀ ਸ਼ਾਇਦ ਬੈਕਫੁੱਟ 'ਤੇ ਹੋਵੋਗੇ? ਪਿੰਡਾਂ ਦੇ ਵਿੱਚ ਦੇਖੋ, ਜਦ ਮੈਂ ਜਾਂਦੀ ਹਾਂ, ਲੋਕਾਂ ਦਾ ਰੁਝਾਨ ਕਿਸੇ ਨਾ ਕਿਸੇ ਪਰਟੀਕੁਲਰ ਪਾਰਟੀ ਵੱਲ ਰਹਿੰਦਾ, ਲੇਕਿਨ ਹੁਣ ਜਿਵੇਂ ਮੈਂ ਕਾਫੀ ਟਾਈਮ ਤੋਂ ਜਾ ਰਹੀ ਹਾਂ, ਲੋਕ ਇਹ ਕਹਿੰਦੇ ਕਿ ਅਸੀਂ ਉਸ ਇੱਕ ਪਰਟੀਕੁਲਰ ਇਨਸਾਨ ਨੂੰ ਵੋਟ ਪਾਵਾਂਗੇ ਜਿਹ 'ਤੇ ਸਾਨੂੰ ਵਿਸ਼ਵਾਸ ਹੈ, ਜਿਹੜਾ ਸਾਨੂੰ ਹੁਣੇ ਹੀ ਇੰਨਾ ਪੁੱਛ ਰਿਹਾ, ਔਰ ਬਾਅਦ 'ਚੋਂ ਆਉਣ ਵਾਲੇ ਸਮੇਂ 'ਚੋਂ ਕਿੰਨੀ ਸਾਡੀ ਮਦਦ ਕਰੂਗਾ। ਔਰ ਮੈਂ ਦੱਸਣਾ ਚਾਹੂੰਗੀ ਕਿ ਅੱਜ ਵੀ ਜਿਹੜੀ ਅਸੀਂ ਆਟੋਜ਼ ਦੇ ਰਹੇ ਹਾਂ, ਉਹ ਲੋਕ ਹੈ ਜਿਹੜੇ ਮੈਂ ਪਿੰਡਾਂ ਦੇ ਵਿੱਚ ਵਿਜ਼ਿਟ ਕੀਤਾ, ਔਰ ਮੈਂ ਦੇਖਿਆ, ਮੈਂ ਇਹਨਾਂ ਦੇ ਘਰ ਗਈ, ਔਰ ਪਤਾ ਲੱਗਿਆ ਕਿ ਵਾਕਈ ਲੋੜਵੰਦ ਹੈ। ਇੱਕ ਹਸਬੈਂਡ ਵਾਈਫ ਹੈ, ਦੋਨੋਂ ਹੈਂਡੀਕੈਪਡ ਹੈ, ਇੱਕ ਜਿਹੜਾ ਹੈਗੀ ਇਕੱਲੀ ਮਦਰ ਹੈਗੀ ਹੈ, ਉਹਨਾਂ ਦੀ 2 ਬੇਟੀਆਂ। ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਆਪਾਂ ਲੋਕਾਂ ਦੇ ਗਰਾਊਂਡ ਲੈਵਲ 'ਤੇ ਜਾਈਏ, ਔਰ ਪਤਾ ਲੱਗੇ ਆਪਾਂ ਨੂੰ ਇਹ ਲੋਕ ਕਿੰਨੇ ਮੁਸ਼ਕਿਲ ਜੇ ਆਪਾਂ ਗੱਲ ਕਰੀਏ। ਪਿੰਡਾਂ ਦੇ ਵਿੱਚ ਮਾਹੌਲ ਜਿਹੜਾ ਹੈਗਾ, ਲੋਕ ਵੇਟ ਕਰਦੇ ਰਹਿੰਦੇ ਕਦ ਕੋਈ ਆਵੇ ਉਹਨਾਂ ਦੀ ਮਦਦ ਕਰਨ ਲਈ। ਔਰ ਜਦ ਮੈਂ ਜਾਂਦੀ ਹਾਂ, ਲੋਕਾਂ ਦਾ ਪਿਆਰ ਦੇਖ ਕੇ ਔਰ ਉਹਨਾਂ ਦੀ ਜਿਹੜੀ ਮੇਰੇ ਥਰੂ ਪੋਜ਼ਿਟਿਵਨੈਸ ਆਉਂਦੀ ਹੈ ਕਿ ਬਈ ਅਸੀਂ ਤੁਹਾਡੇ ਨਾਲ ਹੈ ਹਮੇਸ਼ਾ, ਕਹਿੰਦੇ ਕਿ ਮੈਂ ਹੁਣ ਗੱਲ ਕਰਨਾ ਚਾਹੂੰਗੀ। ਪਰਸੋਂ ਹੀ ਮੈਂ ਜਦ ਗਈ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਜਾਣਦੇ ਹੋ, ਮੈਂ ਉਸ ਪਿੰਡ ਵਿੱਚ ਪਹਿਲੀ ਵਾਰ ਗਈ ਸੀ, ਅਤੇ ਉਹਨਾਂ 'ਚੋਂ 3-4 ਲੇਡੀਜ਼ ਨੇ ਉੱਠ ਕੇ ਬੋਲਿਆ ਮੋਗੇ ਦੀ ਧੀ, ਅਤੇ ਮੈਡਮ ਸਾਨੂੰ ਤੁਹਾਡੇ 'ਤੇ ਵਿਸ਼ਵਾਸ ਹੈ। ਮੈਨੂੰ ਉਦੋਂ ਲੱਗਿਆ ਕਿ ਮੈਂ ਜੋ ਕੰਮ ਕਰ ਰਹੀ ਹਾਂ ਬਹੁਤ ਸਹੀ ਹੈ, ਔਰ ਲੋਕਾਂ ਨੂੰ ਵਿਸ਼ਵਾਸ ਹੈ ਮੇਰੇ 'ਤੇ ਕਿ ਮੈਂ ਉਹਨਾਂ ਦੇ ਨਾਲ ਹਮੇਸ਼ਾ ਖੜੀ ਹਾਂ। ਮੈਮ, ਤੁਹਾਨੂੰ ਇਹ ਨਹੀਂ ਲੱਗ ਰਿਹਾ ਤੁਸੀਂ ਅੱਛੇ ਇਨਸਾਨ ਹੋ? ਕੋਈ ਸ਼ੱਕ ਨਹੀਂ ਇਹਦੇ ਵਿੱਚ, ਆਮ ਵੋਟਰ ਆ ਜਿਹੜਾ ਤੁਹਾਨੂੰ ਵੋਟ ਪਾਊਗਾ, ਲੇਕਿਨ ਜਿਹੜੀ ਅਗਲੀ ਪਾਰਟੀ ਹੈ ਜਿਹਨੂੰ ਤੁਸੀਂ ਜੁਆਇਨ ਕਰਦੇ ਹੋ ਮਿਸਾਲ ਦੇ ਤੌਰ 'ਤੇ, ਉਹ ਅੱਛੀ ਨਾ ਹੋਵੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਪਾਰਟੀ ਸਾਰੀਆਂ ਹੀ ਅੱਛੀਆਂ। ਮੈਂ ਇਹੀ ਕਹੂੰਗੀ ਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਟਾਈਮ ਆ ਗਿਆ ਕਿ ਆਪਾਂ ਇਨਸਾਨੀਅਤ ਨੂੰ ਵੋਟ ਪਾਉਣੀ ਹੈ, ਜਿਹੜਾ ਇਨਸਾਨ 'ਤੇ ਤੁਹਾਨੂੰ ਵਿਸ਼ਵਾਸ ਹੈ। ਇਹ ਬੈਸਟ ਗੱਲ ਹੈ ਵੀ ਇਨਸਾਨੀਅਤ ਨੂੰ ਵੋਟ ਪਾਉਣੀ ਚਾਹੀਦੀ। ਤੁਸੀਂ ਅੱਛੇ ਹੋ, ਅਸੀਂ ਪਹਿਲਾਂ ਇਹ ਗੱਲ ਕਹਿ ਰਹੇ ਹਾਂ, ਤੁਸੀਂ ਅੱਛੇ ਹੋ, ਜਿਹੜੀ ਪਾਰਟੀ ਮਿਸਾਲ ਦਾ ਤੁਸੀਂ ਜੁਆਇਨ ਕਰਦੇ ਹੋ,
पर मैं इस थोड़ा एक ऐड करना चाहूँगा, कोई भी ऐसी पार्टी नहीं है हिंदुस्तान दे विच जिन्हों 100 to 100, 100 to 100 लोग कहन की सारी वधिया पार्टी है। किसी को 60 जने चंगा कहेंगे 40 माड़ा कहेंगे, किसी को 80 चंगा कहेंगे 20 माड़ा कहेंगे। जो तुम इस लाइन के आने हो तो डेफिनेटली ऐसे लोग थोड़ा जरूर मिलेंगे जो थोड़ा कितने ना कि नीवा कहना चाहेंगे, अच्छा नहीं कहना चाहेंगे। बट मैं उही कहना कि काम इन्ना वधिया करो कि उन्हों कोई रीजन, उन्हों कोई पॉइंट ही ना हो अगेंस्ट बोलन का। इन्ना काम करना चाहिए। और मैं मालविका मैं हमेशा कहना ये जिंदगी की बहुत वड्डी जर्नी है। थोड़े अज मोगे की आबादी 2 लाख के करीब है, होर भी बहुत सारे लोग हैं। हूँ साढ़े को आते लोग फिरोजपुर तो भी आते, होर पिंडा तो भी आते, बेशुमार आते। आप सिर्फ इंसान देखना, फर्क नहीं पैंता मोगे का है कितों का है। तुम ये जी जर्नी है बहुत वड्डा रिस्पोंसिबल। जो तुम पार्टी नहीं होंगे उदो तुम नहीं डिपेंडेंट की मदद करना कदों, पर तुम जो रिप्रजेंटेटिव उन्हें बनते हो तुहाडे दरवाजे हमेशा खुले रहने चाहिए, तुहाडा हाथ हमेशा फड़ना चाहिए। एंड आई थिंक मालविका उहदे लई बहुत तैयार। देखो मोगे की धी ना मैं लगता मोगा जुड़िया होया, और मोगे की हर धी है, सिर्फ ये मोगे की धी नहीं, हर मोगे की धी है। असी जी हूँ कर भी रहे, बहुत बड़ी ड्राइव कर रहे हैं जी, थोड़ा सब न इनवाइट भी करा 4 तरीक न है, जिद असी 1000 साइकिल वंडा वो तुम आओगे प्लीज़ तुम आइए। सारे वो बच्चे ने आइडेंटिफाई किए गए हैं जिहड़े जरूरत है जिन्होंने यू नो साइकिल से जान दी। आशा वर्कर्स बहुत सारिया ने लेडीज जिहड़े इन्ने घर घर पिंडा पिंडा जाके मदद करते, उन्होंने को रिसोर्सिज नहीं जानते। तो असं 1000 लोग जोड़े है आइडेंटिफाई किए, और 1000 लोगों को एक साथ पहली बार मैं लगता पंजाब शायद हो रहा होगा जितों तक मेरी नॉलेज है कि सारे साइकिल दिए जाएंगे। और सारिया मोगे दी धियां ने गल बच्चों की चली है जी सर, गल बच्चों की चली है। तो बच्चों की कल तुम्हें एक पोस्ट पाई हैगी है जो बच्चे एजुकेशन वास्ते तो बाहरली स्टेट को अप्रोच किया गया। हाँ जी बोलो। हाँ जी देखो साढ़े को रोज़ इस तरह की रिक्वेस्ट आती जे बच्चे, और असी अराउंड 2.5 लाख जे बच्चे उन्होंने पढ़ा भी रहे हैं। और मैं यही कहना चाहूँगी कि कोई भी ऐसा बच्चा जिदे जड़ा पढ़ नहीं सकता, असी ड्राइव चला रहे हर हथ किताब, हर हथ किताब दे विच यही है कि कोई भी बच्चा जे पढ़ नहीं सकता हमेशा असी उन्हां दे नाल खड़े हैं। उन्होंने किस तरह की भी लोड़ हैगी है, असी हुण ऑलरेडी काफ़ी सारे बच्चों के अपने पंजाब दे विच भी बहुत सारे बच्चे आए, मोगे शहर के भी आए, तुसी भी काफ़ी बच्चे जिहड़े दसदे रहिंदे हो, असी उन्हां दी मदद करदे रहिंदे। मैनूं लगदा कि टाइम आ गया कि हर हथ किताब होनी चाहिए है, ताकि हर बच्चा हर घर का पढ़े, और जिहड़ी बेरोज़गारी आने वाले टाइम दे विच तां ही खत्म हो पाऊगी। पंजाब दे 117 हलके ने, इहदे विच सरकार जिन्ना भी बनती है 40-50 कुछ इस तरह होंगे जो बाकी ओपोजिशन बैठते हैं, जो MLA को सवाल लै कहते हैं हमारे साड़ी सरकार नहीं हैगी काम नहीं करा सकते, तुम इसको इस तो बाद किवें देखोगे फिर? देखो हजे तो मैं सरकार ज्वाइन करन तो पहले ही बहुत सारा काम कर रही है। मैनू ये लगता है कि जे मैं अपने सोच लैके मैं काम कर रहा लोगों की मदद करनी है, मैं अपना 200% करूँगी, और मेरे मोगा के लोग मेरे नाल है। जब मैं सोचा है, मेरे लोगों ने सोचा है कि असी काम कर रहे हैं मिलजुल के करना है, तो मैं जरूर उन्हों की मदद करूँगी, सरकार चाहे वह ऑपोजिशन की हो या जी भी हो। मैम तुम भी मोगे से मेरे ख्याल काफ़ी टाइम हो गया, मोगे के लोगों लिए की करोगे? देखो मोगा दे जे गल करिए मोगे शहर की, अपने बहुत सारिया मोगे शहर भी प्रॉब्लम्स आप देखिए, इतने भी काफ़ी बच्चे जोड़े है पढ़ नहीं पाते, अच्छे अच्छे गवर्नमेंट स्कूल के बच्चे फीसा नहीं दे सकते, फीसा जो उन्होंने पूछिए किसी की 1500 रही, किसी 3000 रही है। हूँ भी असी लोकल लैवल से काफ़ी गवर्नमेंट स्कूल्स विजिट कर रहे, उन्होंने हेल्प कर रहे, चाहे वह बुक्स होवे, चाहे उन्होंने शूज़ की लोड़ हो, फीसिस की लोड़ हो, बहुत सारिया चीज़ा जड़िया एजुकेशन के रिलेटिड है, हेल्थ के रिलेटिड बहुत सारा मोगा दे विच काम करन वाला हैगा वा। और मैं जे गल करा अलग अलग काफ़ी वार्ड्स दे विच गल करिए, पानी दी बहुत प्रॉब्लम हैगी, सीवरेज दी बहुत सारी प्रॉब्लम है। पूरी कोशिश रहूगी कि मोगा शहर नू पूरा एकदम नवा बनाइए, ता ही पॉसिबल है जब तुसी सारे साथ दोगे साडा। मालविका ने बहुत लोगों लवाई है, और तगड़ी अप्रोच है। मैंने भी कल जो वैक्सीन लवानी हुई तो मैंने भी अप्रोच करना पैना यार लवा दे कि वैक्सीन, बट आई थिंक विच इज़ गुड।
एक ऐसा इंसान है जिहड़ा लगा है वैक्सीन ले अगे और कैंप भी लाई रही है मान नहीं और जरूर कैंप लगावांगे असि हुन क्योंकि हुन काफी सारे लोग हजे भी ऐसे हैगे जिन्होंने सेकंड डोज नहीं लगवाई उन्होंने लगता है कि फर्स्ट डोज तो बाद जरूरत नहीं है कैंप्स मैं जल्द रेगुलर लगवाऊंगी अपने मोगे शहर दे विच और मैं अलग अलग गलियां चो और पिंडा दे विचों लोग लैके आऊंगी जिवें मैं पहले सब नूं विश्वास दिलाया और उन्होंने वैक्सीन लवाई और आप जल्दी तो जल्दी ये भी दूर कर देंगे जो प्रॉब्लम आ रही है ठीक है झूठा झाटा मैंने दे दू इतने घुमा दूंगा मैंने ठीक ठीक पैसे तो नहीं ज्यादा लोगे पक्का किन्ने लोग इतों बस स्टैंड जाना हो खूब लो जो वीर नहीं तीह देने चाहिए ताकि परिवार हो जल्दी जल्दी तरक्या करे खुश रहो हमेशा ਗੱਲ